ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਹੁਣ ਇੱਕ ਵਾਰ ਫਿਰ ਇਸ ਲਾਂਘੇ ਨੂੰ ਲੈ ਕੇ ਚਰਚਾ ਛਿੜ ਗਈ ਹੈ। ਚਰਚਾ ਇਸ ਕਰਕੇ ਛਿੜੀ ਹੋਈ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਲਾਂਘੇ ਨੂੰ ਲੈ ਕੇ ਹੁਣ ਡਾਲਰਾਂ ਵਾਲਾ ਰੇਟ ਕਾਇਮ ਕੀਤਾ ਜਾ ਰਿਹਾ। $20 ਐਂਟਰੀ ਫੀਸ ਰੱਖੀ ਗਈ ਹੈ ਅਤੇ ਇਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਅਤੇ ਨਾਲ ਦੀ ਨਾਲ ਭਾਰਤ ਅਤੇ ਪਾਕਿਸਤਾਨ ਜਾਂ ਪੰਜਾਬ ਦੀ ਕੁਝ ਸਿਆਸਤ ਇਸ ਨੂੰ ਲੈ ਕੇ ਵਿਰੋਧ ਵੀ ਕਰ ਰਹੀਆਂ ਨੇ, ਲੋਕ ਵੀ ਵਿਰੋਧ ਕਰ ਰਹੇ ਨੇ। ਹਾਲਾਂਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਐਂਟਰੀ ਫੀਸ ਇਸ ਕਰਕੇ ਹੈ ਕਿਉਂਕਿ ਜਿਹੜਾ ਸ਼ਰਧਾਲੂ ਜਾਣੇ ਨੇ ਉਹਨਾਂ ਦੀ ਸੁਵਿਧਾ ਦੇ ਲਈ, ਉਹਨਾਂ ਦੇ ਰਹਿਣ ਸਹਿਣ ਦੇ ਲਈ ਜਾਂ ਹੋਰ ਪ੍ਰਬੰਧਾਂ ਦੇ ਲਈ ਇਹ ਫੀਸ ਜਿਹੜੀ ਲਾਗੂ ਕੀਤੀ ਗਈ ਹੈ, ਸਰਵਿਸ ਫੀਸ ਜਾਂ ਕਹਿ ਲਓ ਇਹ ਕਿਹਾ ਜਾ ਰਿਹਾ ਐਂਟਰੀ ਫੀਸ। ਅਤੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਕਚਹਿਰੀ ਦੇ ਵਿੱਚ ਉਤਰੇ ਹਾਂ, ਪੰਜਾਬ ਦੇ ਲੋਕਾਂ ਦੇ ਕੋਲ ਚੱਲੇ ਹਾਂ ਅਤੇ ਜਾਣਦੇ ਹਾਂ ਕਿ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਸੋਚ ਰਹੇ ਨੇ। ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚੁੰਨੀ ਖੁਰਦ ਦੇ ਵਿੱਚ ਪੁੱਜੇ ਹੋਏ ਹਾਂ ਅਤੇ ਕੁਝ ਲੋਕ ਇਸ ਵਕਤ ਸਾਡੇ ਨਾਲ ਮੌਜੂਦ ਨੇ। ਇਹਨਾਂ ਤੋਂ ਜਾਣਦੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੇ ਵੱਲੋਂ ਫੀਸ ਕਿਉਂ ਲਗਾਈ ਗਈ ਹੈ। ਜੇਕਰ ਫੀਸ ਲਾਣੀ ਹੁੰਦੀ ਜਾਂ ਫੀਸ ਜ਼ਰੂਰੀ ਹੈਗੀ ਸੀ ਤਾਂ ਫੀਸ ਹੋਣੀ ਕਿੰਨੀ ਚਾਹੀਦੀ ਸੀ ਅਤੇ ਇਸ ਫੀਸ ਨੂੰ ਕੌਣ ਹੁਣ ਇਸਦਾ ਭੁਗਤਾਨ ਕਰੇਗਾ। ਇਹਨਾਂ ਲੋਕਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਨੀਤੀ ਪਾਕਿਸਤਾਨ ਜਾਂ ਭਾਰਤ ਸਰਕਾਰ ਨੂੰ ਇਸ ਲਾਂਘੇ ਬਾਬਤ ਬਣਾਉਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮਨਜੀਤ ਸਿੰਘ। ਅੱਛਾ ਮਨਜੀਤ ਜੀ, ਜਿਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਹਰ ਇੱਕ ਸਿੱਖ ਦੀ ਇੱਛਾ ਹੈਗੀ ਹੈ, ਦਿਲੋਂ ਤਾਂਘ ਰੱਖਦਾ ਕਿ ਦਰਸ਼ਨ ਕੀਤੇ ਜਾਣ ਦਰਸ਼ਨ ਦਿਦਾਰਿਆਂ ਦੇ ਲਈ, ਹੁਣ $20 ਫੀਸ ਜਿਹੜੀ ਹੈ ਉਹ ਪਾਕਿਸਤਾਨ ਸਰਕਾਰ ਦੇ ਵੱਲੋਂ ਲਗਾਈ ਗਈ ਹੈ, ਹਾਲਾਂਕਿ ਐਂਟਰੀ ਫੀਸ ਹੈ, ਸੁਵਿਧਾਵਾਂ ਦੀ ਗੱਲ ਕੀਤੀ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਫੀਸ ਹੋਣੀ ਚਾਹੀਦੀ ਹੈ? ਦੇਖੋ, ਫੀਸ ਲਾਉਣੀ ਜਾਂ ਨਾ ਲਾਉਣੀ ਇਹ ਸਰਕਾਰਾਂ ਦੇ ਕੰਮ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਭ ਤੋਂ ਪਹਿਲਾਂ ਤਾਂ ਮੈਂ 550 ਸਾਲਾਂ 'ਤੇ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦਾ। ਅਤੇ ਮੇਨ ਗੱਲ ਹੈ, ਫੀਸ ਜਿਹੜੀ ਹੈ ਸਿਰਫ ਪੈਸੇ ਬਣਾਉਣਾ ਸਾਧਨ ਨਾ ਬਣਾਏ ਜਾਣ। ਇਹ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੇ ਰਹਿਬਰ ਸੀਗੇ, ਇਹ ਤਾਂ ਇਸ ਕਰਕੇ ਸਾਰੇ ਸੰਸਾਰ ਨੂੰ ਇਹ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਇਹ ਸਿਰਫ ਇਨਸਾਨ ਦੀ ਸ਼ਰਧਾ ਰੱਖਣਾ ਚਾਹੀਦਾ ਸੀ, ਜਿਹੜੇ ਦੇ ਸਕਦੇ ਦੇਣ, ਜਿਹੜੇ ਨਹੀਂ ਦੇ ਸਕਦੇ ਉਹ ਨਾ ਦੇਣ। ਇਸ ਕਰਕੇ ਸਰਕਾਰਾਂ ਨੂੰ ਸੋਚਣਾ ਚਾਹੀਦਾ, ਬਗੈਰ ਪੈਸੇ ਵਾਲਾ ਵੀ ਦਰਸ਼ਨ ਕਰ ਸਕਦਾ ਹੈ ਅਤੇ ਜੇ ਕੋਈ ਜ਼ਿਆਦਾ ਮਾਇਆ ਆਪਣੀ ਖੁਸ਼ੀ ਨਾਲ ਦਿੰਦਾ ਲੈ ਸਕਦੇ ਹੈ, ਐਵੇਂ ਕੋਈ ਦੋ ਰਾਏ ਨਹੀਂ ਹੈਗੀ। ਪਰ ਉੱਥੇ ਜਾਣ ਦੀ ਸਭ ਨੂੰ ਇਜਾਜ਼ਤ ਅਤੇ ਸਾਰਿਆਂ ਨੂੰ ਬਗੈਰ ਪੈਸੇ ਵਾਲਿਆਂ ਨੂੰ ਵੀ ਫ੍ਰੀ ਸੇਵਾ ਵਿੱਚ ਵੀ ਦਰਸ਼ਨ ਕਰਾਏ ਜਾਣ, ਤਾਂ ਕਿ ਇਸ ਕੁੰਭ ਦਾ ਜੋ ਲੱਗਿਆ ਸਾਹਿਬ ਸ੍ਰੀ ਗੁਰੂ ਸੱਚੇ ਪਾਤਸ਼ਾਹ 550 ਸਾਲਾ, ਉਹਦੇ ਮੈਂ ਸਾਰਾ ਸੰਸਾਰ ਧੂਮਧਾਮ ਨਾਲ ਜਾ ਕੇ ਉੱਥੇ ਆਪਣਾ ਨਕਮਸਤਕ ਹੋਣ ਅਤੇ ਸਾਰੇ ਸੱਚੇ ਪਾਤਸ਼ਾਹ ਖੁਸ਼ੀਆਂ ਪ੍ਰਾਪਤ ਕਰਨ। ਇਹ ਕੋਈ ਜ਼ਰੂਰੀ ਨਹੀਂ ਫੀਸ ਹੈ, ਜੋ ਦੇ ਸਕਦਾ ਦੇਵੇ, ਜਾਂ ਨਹੀਂ ਦੇ ਸਕਦਾ ਉਹਨਾਂ ਨੂੰ ਵੀ ਖੁੱਲ੍ਹੀ ਛੂਟ ਹੋਣੀ ਚਾਹੀਦੀ, ਉਹ ਵੀ ਜਾ ਸਕਦਾ ਹੈ। ਇਸ ਕਰਕੇ ਇਹ ਜੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ, ਪਾਕਿਸਤਾਨ ਸਰਕਾਰ ਨੂੰ ਸੋਚਣਾ ਚਾਹੀਦਾ, ਇੰਡੀਆ ਸਰਕਾਰ ਨੂੰ ਸੋਚਣਾ ਚਾਹੀਦਾ ਹੈ, ਵੀ ਪੈਸੇ ਦਾ ਸਾਧਨ ਨਾ ਬਣਾਏ ਜਾਣ, ਇਸ 'ਤੇ ਸ਼ਰਧਾ ਰੱਖੀ ਜਾਵੇ। ਕਈ ਬਹੁਤ ਵੱਡੇ ਵੱਡੇ ਸਿੱਖ ਹੈ ਜੋ ਸ਼ਰਧਾ ਦੇ ਮੁਤਾਬਕ ਜ਼ਿਆਦਾ ਵੀ ਦੇ ਸਕਦੇ ਹੈ, ਕੋਈ ਇੱਦਾਂ ਦੇ ਕਮਜ਼ੋਰ ਸਿੱਖ ਵੀ ਵਿਚਾਰੇ ਨਹੀਂ ਦੇ ਸਕਦੇ। ਜੇ ਹੁਣ ਮੰਨ ਲਓ ਵੀ ਆਪਾਂ $200 ਫੀਸ ਰੱਖੀ ਹੈ, ਇਹ ਗਰੀਬ $20 ਹੀ ਗਰੀਬ ਸਿੱਖ ਨਹੀਂ ਦੇ ਸਕਦਾ, ਕਿਆ ਫਿਰ ਉਹ ਨਨਕਾਣਾ ਸਾਹਿਬ ਜਾਵੇਗਾ ਨਹੀਂ? ਇਹ ਇੱਕ ਕੁਐਸਚਨ ਹੈ, ਅਸੀਂ ਸਰਕਾਰ ਤੋਂ ਪੁੱਛ ਸਕਦੇ ਹਾਂ ਵੀ ਇੱਕ ਨਾਲ ਪਰਿਵਾਰ ਹੋ ਜਾਂਦਾ ਉਸਦਾ, ਮੰਨੋ ਵੀ $20 ਕਿੰਨੇ ਹੋ ਗਏ, 2500-1000 ਰੁਪਏ ਲਾ ਲਓ। ਜੇ ਇੱਕ 10 ਪਰਿਵਾਰ ਹੈ ਤਾਂ ਇੱਕ 10,000 ਰੁਪਇਆ ਹੋ ਗਿਆ। ਇੱਕ ਗਰੀਬ ਪਰਿਵਾਰ 10,000 ਕਿੱਥੇ ਦੇਵੇਗਾ? ਇੱਕ ਐਸਾ ਪਰਿਵਾਰ ਵੀ 10 ਕਰੋੜ ਦੇ ਕੇ ਵੀ ਦਰਸ਼ਨ ਕਰ ਸਕਦਾ ਹੈ। ਇਸ ਕਰਕੇ ਸ਼ਰਧਾ ਉੱਪਰ ਡਿਪੈਂਡ ਰੱਖਣੀ ਚਾਹੀਦੀ ਹੈ, ਕੋਈ ਬੰਨਵੀਂ ਫੀਸ ਨਹੀਂ ਰੱਖਣੀ ਚਾਹੀਦੀ। ਇਹ ਸਰਕਾਰ ਨੂੰ ਸੋਚਣਾ ਚਾਹੀਦਾ, ਇੰਡੀਆ ਸਰਕਾਰ ਨੂੰ ਵੀ ਅਤੇ ਪਾਕਿਸਤਾਨ ਨੂੰ ਵੀ, ਕਿ ਸੱਚੇ ਪਾਤਸ਼ਾਹ ਦੇ 500 ਸਾਲੇ ਵਿੱਚ ਪੈਸਾ ਨਹੀਂ ਆਉਣਾ ਚਾਹੀਦਾ ਮੁੱਖ, ਸ਼ਰਧਾ ਭਾਵਨਾ ਅਤੇ ਖੁਸ਼ੀ ਨਾਲ ਇਹ ਜੋ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਰਿਹਾ, ਸਾਰਾ ਸੰਸਾਰ ਧੂਮਧਾਮ ਨਾਲ ਮਨਾਵੇ, ਪੈਸੇ ਨੂੰ ਪਾਸੇ ਰੱਖ ਕੇ। ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਵਿਚਾਰ ਵੀ ਤੁਸੀਂ ਰੱਖੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੀਹਾ ਸਿੰਘ। ਅੱਛਾ ਮੀਹਾ ਸਿੰਘ ਜੀ, ਜਿਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਫੀਸ ਰੱਖੀ ਗਈ ਹੈ, ਤੁਹਾਨੂੰ ਲੱਗਦਾ ਕਿ $20 ਫੀਸ ਜਿਹੜੀ ਹੈ ਉਹ ਜ਼ਿਆਦਾ ਹੈ ਜਾਂ ਫਿਰ ਘੱਟ, ਜਾਂ ਫਿਰ ਫੀਸ ਹੋਣੀ ਨਹੀਂ ਚਾਹੀਦੀ? ਜੇ ਫਿਰ ਹੋਣੀ ਚਾਹੀਦੀ ਤਾਂ ਕਿੰਨੀ ਹੋਣੀ ਚਾਹੀਦੀ ਹੈ? ਦੇਖੋ, ਗਰੀਬਾਂ ਤਾਂ ਬਹੁਤ ਜ਼ਿਆਦਾ ਜੀ, ਠੀਕ ਹੈ ਜੀ। ਆਹ ਤਾਂ ਫਿਰ ਇਹਦਾ ਆਹੀ ਨਤੀਜਾ ਨਿਕਲਦਾ ਵੀ ਇਹ ਤਾਂ ਜੋ ਯਾਤਰਾ ਦਰਸ਼ਨ ਅਮੀਰਾਂ ਖਾਤਰ ਹੋਈ, ਗਰੀਬ ਦਾ ਫਿਰ ਲਾਂਘਾ ਬੰਦੇ ਹੈ ਜੀ, ਠੀਕ ਹੈ ਜੀ, ਫਿਰ ਤਾਂ ਉਹ ਲਾਂਘਾ ਬੰਦੇ ਆ। ਇਹ ਜਿਹੜੀ ਉਹਨੇ ਫੀਸ ਲਾਈ ਹੈ, ਇਹ ਪਾਕਿਸਤਾਨ ਸਰਕਾਰ ਜਾਣਾ ਜੀ, ਸੂਬਾ ਸਰਕਾਰ ਜਾਣਾ, ਪੰਜਾਬ ਸੈਂਟਰ ਜਾਣਾ ਜੀ, ਇਹਨੂੰ ਗਰੀਬ ਨੂੰ ਤਾਂ ਮੂਹਰੇ ਰੱਖਣਾ ਚਾਹੀਦਾ। ਇਹਦਾ ਫਿਰ ਜਿਕਣ ਕਹਿੰਦੇ ਵੀ ਸਰਕਾਰ ਦੇ ਮਹਿੰਗੇ ਦਰਸ਼ਨ ਹੋ ਗਏ ਜੀ, ਉਹ ਤਾਂ ਆਪਾਂ ਕਿੱਥੇ ਜੁੜੂਗਾ ਜੀ, ਉਹ ਨਹੀਂ ਜੁੜਦਾ ਜੀ। ਅੱਛਾ, ਜਿਵੇਂ $20 ਫੀਸ ਹੈਗੀ ਹੈ, ਸੁਵਿਧਾਵਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਕੁਝ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ, ਤੁਹਾਨੂੰ ਲੱਗਦਾ ਕਿ ਜੇਕਰ $20 ਫੀਸ ਦੀ ਹਰ ਕੋਈ ਭਰਪਾਈ ਕਰ ਸਕਦਾ ਤਾਂ ਫਿਰ ਹੁਣੀ ਤੋਂ ਹੀ ਜਿਹੜੀਆਂ ਲੋਕਾਂ ਦੇ ਵੱਲੋਂ ਜਿਵੇਂ ਇਸਦਾ ਵਿਰੋਧ ਵੀ ਕੀਤਾ ਜਾ ਰਿਹਾ ਅਤੇ ਨਾਲ ਦੀ ਨਾਲ ਪਾਕਿਸਤਾਨ ਸਰਕਾਰ ਜੇਕਰ ਇਸ ਫੀਸ ਨੂੰ ਘੱਟ ਨਹੀਂ ਕਰਦੀ
ਤਾਂ ਫਿਰ ਜਿਹੜੇ ਸਿੱਖ ਜਿਨ੍ਹਾਂ ਦੀ ਤਾਂਘ ਹੈਗੀ ਹੈ ਜਾਣੇ ਦੀ, ਫਿਰ ਉਹ ਕਿਵੇਂ ਜਾਣਗੇ ਜਾਂ ਫਿਰ ਉਹਨਾਂ ਦੀ ਫੀਸ ਕੌਣ ਚੁਕਾਵੇਗਾ? ਇਹ ਸਿੱਖਾਂ ਨੂੰ ਤਾਂ ਪਿੱਛੇ ਰੱਖਿਆ ਜੀ, ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਪਰਖ ਲਵੇ ਜੀ, ਥੋੜ੍ਹਾ ਪੈਸਾ ਜੀ ਅੰਤਾਂ ਦਾ। ਲੋਕ ਤਾਂ ਆਹ ਵੀ ਕਹਿ ਰਹੇ ਵੀ ਜਿਹੜੇ ਹੜ੍ਹ ਆਏ ਆ ਵੀ ਇਹਨਾਂ 'ਤੇ ਮਦਦ ਲਿਓ, ਕਰ ਦੇਣੀ ਚਾਹੀਦੀ, ਪਰ ਇੱਧਰਲੇ ਪਾਸੇ ਨੂੰ ਜਾਂਦੇ ਹੈ ਨਹੀਂ ਜੀ, ਇੱਧਰਲੇ ਪਾਸੇ ਨੂੰ ਜਾਣਾ ਹੈ ਨਹੀਂ ਜੀ। ਖਰਚ ਹੁੰਦਾ ਜੀ, ਇਹ ਤਾਂ ਖਰਚ ਕਰ ਨਹੀਂ ਸਕਦੀ, ਖਰਚ ਲੈ ਸਕਦੇ ਹਾਂ ਜੀ। ਇਹ ਇਹਨਾਂ ਨੂੰ ਸਰਕਾਰਾਂ ਨੂੰ ਸੋਚਣਾ, ਸੂਬਾ ਸਰਕਾਰ ਜੀ, ਪਾਕਿਸਤਾਨ ਸਰਕਾਰ। ਇਹ ਜਿਹੜੀ ਸੁੱਖ ਸਹੂਲਤਾਂ ਦੀ ਗੱਲ ਕਰੀਏ, ਪਾਕਿਸਤਾਨ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੀ ਹੋਰ ਸੁੱਖ ਸਹੂਲਤ ਦਿੰਦੇ ਜੀ ਪਾਕਿਸਤਾਨ ਵਿੱਚ, ਉਹ ਕਿਤੇ ਬਾਹਰ ਤੋਂ ਪੈਸੇ ਲੈ ਕੇ ਦਿੰਦੇ? ਉਹ ਫੀਸ ਕਿੱਥੇ ਤੱਕ ਲਿਆਉਂਦੇ ਤੁਸੀਂ? ਉਹ ਵੀ ਤਾਂ ਆਪਣੇ ਮੁਲਕ 'ਚ ਦੀ ਪੈਦਾ ਕਰਦੇ ਆ। ਆਹ ਵੀ ਕਰ ਲਓ ਜੀ, ਸਰਕਾਰਾਂ ਨਾਲ ਲੈਣ ਦੇਣ ਕਰ ਲਓ ਵੀ ਕੋਈ ਸ਼ਰਧਾਲੂ ਨੂੰ। ਤੁਸੀਂ ਕਹਿ ਰਹੇ ਹੋ ਕਿ ਸ਼ਰਧਾਲੂਆਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਟੈਕਸ ਜਾਂ ਕੋਈ ਫੀਸ ਨਹੀਂ ਹੋਣੀ ਚਾਹੀਦੀ, ਦੋਵੇਂ ਸਰਕਾਰਾਂ ਆਪਸ ਦੇ ਵਿੱਚ ਤਾਲਮੇਲ ਬਿਠਾਉਣ? ਬਹੁਤ ਹੀ ਆਹੀ ਬਿਹਤਰ ਹੈ ਜੀ, ਆਹੀ ਬਿਹਤਰ ਹੈ ਜੀ, ਇਹ ਤਾਂ ਕੋਈ ਉਪਾਅ ਬੜਾ ਹੈ ਨਹੀਂ ਜੀ। ਅੱਛਾ ਚਲੋ, ਜੇਕਰ ਪਾਕਿਸਤਾਨ ਸਰਕਾਰ ਘੱਟ ਵੀ ਕਰ ਦਿੰਦੀ ਹੈ ਫੀਸ ਨੂੰ, ਤਾਂ ਕਿੰਨੀ ਹੋਣੀ ਚਾਹੀਦੀ ਤੁਹਾਡੇ ਮੁਤਾਬਿਕ? ਵੀ ਚਲੋ ਜੇਕਰ ਦੇਣ ਦੀ ਗੱਲ ਆਵੇ ਤਾਂ ਹਰ ਇੱਕ ਸਿੱਖ ਜਿਹੜਾ ਦੇ ਸਕੇ, ਹਰ ਇੱਕ ਚਾਹੇ ਗਰੀਬ ਵੀ ਹੋਵੇ ਚਾਹੇ ਅਮੀਰ ਵੀ ਹੋਵੇ, ਤਾਂ ਫਿਰ ਕਿੰਨੀ ਫੀਸ ਦੀ ਮੰਗ ਕਰਦੇ ਹੋ ਕਿ ਇੰਨੀ ਕੁ ਹੋਣੀ ਚਾਹੀਦੀ ਹੈ? ਜਾਇਜ਼ ਇਹ ਦੇਖੋ, ਚਲੋ 500 ਰੁਪਏ ਤਾਂ, ਚਲੋ 500 ਰੁਪਏ ਹੋਵੇ ਜੀ, ਉਹ ਕਿਸੇ ਕੋਲ ਨਹੀਂ ਹੁੰਦਾ, ਫੜ ਕੇ ਲੈ ਜੂਗਾ ਜੀ, ਕੋਈ ਵਕਤ ਆਊ ਮੁੜ ਜੂਗੇ ਪੈਸੇ ਜੀ ਦਰਸ਼ਨ ਦਾ। ਕਿਤੇ ਉਹ 500 ਰੁਪਇਆ ਹੋਵੇ ਨਾ ਕਿਸੇ ਦੇ ਆਧਾਰੇ ਮਿਲੇ ਨਾ ਜੀ, ਉਹ $20 ਦੇਖ ਲਓ ਕਿੱਥੇ ਬਣਦੇ ਜੀ, ਇਹਨਾਂ ਨੂੰ ਕਿਆ ਪਤਾ ਬੰਦਾ ਰਹੂਗਾ ਕਿ ਮੁੱਕਜੂਗਾ ਜੀ, ਉਹਦੇ ਭਾਅ ਦਾ ਲੰਘਾ ਅੱਜ ਵੀ ਬੰਦ ਹੈ ਜੀ, ਜੇ ਇੰਨੀ ਫੀਸ ਰੱਖਦੀ ਤਾਂ ਮਾੜੀ ਗੱਲ ਹੈ ਜੀ। ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ, ਇਹਨਾਂ ਵਿੱਚ ਲੋਕਾਂ ਨੂੰ ਦਰਸ਼ਨ ਕਰਨ ਵਾਲਿਆਂ ਨੂੰ ਵਿਚਣਾ ਕੜੀਸਿਆ ਜੀ। ਜਿਵੇਂ ਤੁਸੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ, ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਇਸ ਫੀਸ ਦਾ ਜਿੰਮੇ ਜਿਹੜਾ ਚੁੱਕ ਲੈਣਾ ਚਾਹੀਦਾ, ਫਿਰ ਚੁੱਕਦੀ ਕਿਉਂ ਨਹੀਂ ਤੁਹਾਡੇ ਮੁਤਾਬਿਕ? ਫਿਰ ਇਹ ਤਾਂ ਸਰਕਾਰ ਬਣਾਉਂਦੇ, ਸਰਕਾਰ ਚਲਾਉਂਦੇ ਜੀ, ਇਹ ਤਾਂ ਉਹਦੀ ਦੁਕਾਨਦਾਰੀ ਜੀ, ਉੱਥੋਂ ਹੀ ਚੱਲਦੀ ਆ। ਮੈਂ ਤਾਂ ਆਹ ਕਹਿੰਦਾ ਵੀ ਜਿਹੜਾ ਉੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਜੀ, ਸਰਦਾ ਲੈ ਕੇ ਜਾਵਾ ਜੀ, ਜੇਬਾਂ ਨਾ ਪਰਖਾ ਜਾਵੇ, ਜੇਬਾਂ ਨਾ ਪਰਖਾ ਜਾਵੇ ਜੀ, ਤਾਂ ਫਿਰ ਮਾੜਾ ਮੋਟਾ ਪਰਖ ਹੋਊਗੀ ਵੀ ਕੌਣ ਅਸਲ ਹੈ ਕੌਣ ਨਕਲ ਹੈ। ਉੱਥੇ ਤਾਂ ਜਾਂਦੀ ਦੁਕਾਨਦਾਰੀਆਂ ਚਲਾਉਂਦੇ, ਸ਼੍ਰੋਮਣੀ ਕਮੇਟੀਆਂ ਜੀ, ਇਹ ਬੜੇ ਗੁਰਦੁਆਰੇ ਦੁਕਾਨਦਾਰੀਆਂ ਚਲਾਉਂਦੇ, ਸਿਆਸਤ ਚਲਾਉਂਦੀ, ਗੱਡੀਆਂ ਦਿੰਦੇ ਜੀ, ਲੀਡਰੀ ਬਖਸ਼ਦੇ ਜੀ, ਇਹ ਤਾਂ ਇਹ ਸੋਚਣ ਵਾਲੀ ਗੱਲ ਹੈ ਜੀ। ਕੋਈ ਸ਼ਰਧਾ ਨਾ ਰੱਖੇ ਜੀ, ਉੱਥੇ ਮਨ ਦੀ ਸ਼ਰਧਾ ਲੈ ਕੇ ਜਾਵੇ, ਜੇਬ ਦੀ ਨਾ ਜੀ। ਮੈਂ ਕਹਿੰਦਾ ਖਾਲੀ ਹੱਥ ਮੱਥਾ ਟੇਕ ਦਿਓ, ਤੁਹਾਡੇ ਮਨ ਵੀ ਸ਼ਰਧਾ, ਫਿਰ ਵੀ ਤੁਹਾਡੀ ਕਬੂਲ ਹੈ ਜੀ। ਜੇ ਤੁਹਾਡਾ ਮਨੇ ਹੋਰ ਪਾਸੇ ਫਿਰਦਾ ਜੀ, ਤੁਸੀਂ ਉੱਥੇ ਜਾ ਕੇ 10,000-20,000 ਸੇਵਾ ਕਰਿਆ, ਸਾਰਾ ਦਿਨ ਪਾਪ ਕਰੀ ਜਾਂਦੇ, ਉਹ ਕੀ ਨਾ ਪੁੱਛਣੇ ਜੀ। ਜੇ $20 ਦੀ ਫੀਸ ਸ਼ਰਧਾਲੂ ਦੀ ਜਾਂ ਸੰਗਤ ਦੀ ਜੇਬ ਦੇ ਵਿੱਚ ਨਾ ਹੋਵੇ, ਫਿਰ ਉਹਦੇ ਖਾਤਰ ਲਾਂਘਾ ਖੁੱਲ੍ਹਿਆ ਨਹੀਂ ਜੀ, ਬੰਦ ਹੈ, ਫਿਰ ਬੰਦ ਹੈ ਉਹਦੇ ਖਾਤਰ ਲਾਂਘਾ ਜੀ, ਅਮੀਰਾ ਖਾਤਰ ਹੈ ਜੀ। ਕੀ ਮੰਗ ਕਰਦੇ ਹੋ ਸਰਕਾਰ ਦੇ ਕੋਲੋਂ ਕਿ ਕਿਸ ਤਰ੍ਹਾਂ ਦੀ ਨੀਤੀ ਬਣਾਉਣੀ ਚਾਹੀਦੀ ਹੈ ਇਸ ਫੀਸ ਨੂੰ ਲੈ ਕੇ, ਕਿ ਕੋਈ ਹਰ ਇੱਕ ਸ਼ਰਧਾਲੂ ਹੈ ਜਿਹੜਾ ਉਹ ਦਰਸ਼ਨ ਕਰ ਸਕੇ? ਇਹ ਪਹਿਲਾਂ ਸੈਂਟਰ ਸਰਕਾਰ ਨੂੰ ਚਾਹੀਦਾ ਜੀ, ਉਹ ਪਾਕਿਸਤਾਨ ਸਰਕਾਰ ਨਾਲ ਆਪਣਾ ਗੱਲਬਾਤ ਕਰੇ ਜੀ, ਠੀਕ ਹੈ ਜੀ। ਉਹ ਜੇ ਫਿਰ ਸੈਂਟਰ ਭੱਜਦਾ ਜੀ, ਚਲੋ ਤਾਂ ਭੱਜੂਗਾ ਜੀ, ਫਿਰ ਸੂਬਾ ਸਰਕਾਰ ਨੂੰ ਵੀ ਚਾਹੁਣਾ ਚਾਹੀਦਾ ਜੀ, ਇੰਨੇ ਇੰਨੇ ਕਰਜ਼ੇ ਮਾਫ਼ ਕਰਤੇ ਜੀ, ਠੀਕ ਹੈ ਜੀ, ਫਿਰ ਆਹ ਵੀ ਕਿੱਡੀ ਗੱਲ ਹੈ ਪੰਜਾਬ ਸਰਕਾਰ ਖਾਤਰ ਜੀ, ਆਹ ਵੀ ਕਰ ਦੇਣ ਜੀ, ਕੁਛ ਮਦਦ ਉਹਨਾਂ 'ਤੇ ਲੈ ਲਵਾਂ ਪਾਕਿਸਤਾਨ 'ਤੇ, ਕੁਛ ਆਪ ਕਰ ਦੇਵਾਂ ਸੈਂਟਰ 'ਤੇ ਲੈ ਲਵਾਂ, ਫਿਰ ਗਰੀਬ ਵੀ ਦਰਸ਼ਨ ਕਰ ਲਊਗਾ ਜੀ। ਤੁਹਾਡੇ ਮੁਤਾਬਿਕ ਦੋਵੇਂ ਸਰਕਾਰਾਂ, ਚਾਹੇ ਪਾਕਿਸਤਾਨ ਦੀ ਸਰਕਾਰ ਦੀ ਗੱਲ ਹੋਵੇ, ਭਾਰਤ ਸਰਕਾਰ ਦੀ ਗੱਲ ਹੋਵੇ, ਦੋਵੇਂ ਸੰਜੀਦਾ ਹੈਗੀ ਨਾ ਸਾਂਝੇ ਲਾਂਘੇ ਮੁਤਾਬਿਕ? ਲਾਂਘੇ ਲੈ ਕੇ ਪਾਕਿਸਤਾਨ ਹੈਗਾ ਜੀ, ਸੈਂਟਰ ਤਾਂ ਖੈਰ ਆਪਣੀ ਸਿਆਸਤ ਕਰ ਰਿਹਾ ਜੀ, ਭਾਰਤ ਸਰਕਾਰ ਨਹੀਂ, ਨਾ ਸਰਕਾਰ ਨਹੀਂ ਚਾਹੁੰਦੀ ਜੀ ਸਰਕਾਰ। ਤੁਹਾਨੂੰ ਕਿਉਂ ਲੱਗ ਰਿਹਾ ਇੱਦਾਂ? ਇਹ ਦੇਖੋ ਇਹਨਾਂ ਦਾ ਜੀ, ਜੇ ਇੱਕ ਖੋਲ ਵੀ ਦਿੱਤਾ 1 ਮਿੰਟ ਖਾਤਰ ਜੀ, ਇਹ ਬੰਦ ਹੁਣ ਖੋਲ੍ਹਣ ਦਾ ਰਸਤਾ ਵੀ ਇਹਨਾਂ ਕੋਲ ਜੀ, ਬੰਦ ਕਰਨ ਦਾ ਰਸਤਾ ਵੀ ਇਹਨਾਂ ਕੋਲ ਜੀ, ਕਹਿ ਦੇਣਗੇ ਅੱਤਵਾਦੀ ਆਉਣੇ ਜੀ, ਬੁਲਾਉਣੇ ਕੌਣ ਹੈ ਜੀ, ਠੀਕ ਹੈ ਜੀ, ਉਹ ਪਾਕਿਸਤਾਨ ਕਿਹੜਾ ਬੱਸਾਂ ਭਰ ਕੇ ਭੇਜਦੇ ਜੀ, ਜੇ ਮਾੜੀ ਮੋਟੀ ਇਹਨਾਂ ਨੂੰ ਹੋਵੇ ਜੀ, ਇਹਦੀ ਦਿਲਚਸਪੀ ਹੋ, ਹਾਂ ਅਸੀਂ ਰੋਕਣਾ ਸਭ ਕੁਛ, ਰੁਕ ਸਕਦੇ ਜੀ, ਕਿਆ ਨਹੀਂ ਰੁਕਦਾ ਜੀ, ਸਭ ਕੁਛ ਰੁਕਦਾ, ਇਸ ਸ਼ਿਆਸਤ ਹੁੰਦੀ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ, ਇਹਨਾਂ ਦਾ ਕਹਿਣਾ ਕਿਤੇ ਨਾ ਕਿਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਫੀਸ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਜਿਹੜੀ ਹੈ ਉਹ ਸਹਿਮਤੀ ਜਿਤਾਉਣ, ਇੱਕ ਦੂਜੇ ਦੇ ਨਾਲ ਜਿਹੜੀ ਤਾਲਮੇਲ ਬਿਠਾ ਕੇ ਇਸ ਫੀਸ ਦੇ ਮੁੱਦੇ ਨੂੰ ਵਿਚਾਰਨਾ ਚਾਹੀਦਾ ਹੈ। ਸ਼ਰਧਾਲੂਆਂ ਦੇ ਉੱਤੇ, ਸੰਗਤਾਂ ਦੇ ਉੱਤੇ ਫੀਸ ਦਾ ਜਾਂ ਟੈਕਸ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਨਹੀਂ ਥੋਪਣਾ ਚਾਹੀਦਾ, ਕਿਉਂਕਿ ਹਰ ਇੱਕ ਸਿੱਖ ਚਾਹੁੰਦਾ ਹੈ, ਕਿਉਂਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਦੀਦਾਰੇ ਦੇ ਲਈ ਅਰਦਾਸ ਬੇਨਤੀਆਂ ਕਰਦਾ ਹੈ। ਅਤੇ ਜਦੋਂ ਹੁਣ ਲਾਂਘਾ ਖੁੱਲ੍ਹਣ ਜਾ ਰਿਹਾ ਤਾਂ ਫੀਸ ਵਾਲੇ ਰੇੜਕੇ ਨੂੰ ਦੋਵੇਂ ਸਰਕਾਰਾਂ ਆਪਸ ਦੇ ਵਿੱਚ ਨਜਿੱਠਣ, ਸ਼ਰਧਾਲੂਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਬੋਝ ਨਾ ਪਾਉਣ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਪੰਜਾਬ ਬੋਲਦਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ, ਅਤੇ ਕੁਝ ਹੋਰ ਲੋਕ ਵੀ ਮੌਜੂਦ ਨੇ। ਜਾਣਦੇ ਹਾਂ ਕਿ ਆਖਿਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੇ ਵੱਲੋਂ ਲਗਾਈ ਗਈ $20 ਦੀ ਫੀਸ ਕਿੰਨੀ ਕੁ ਜਾਇਜ਼ ਹੈਗੀ ਹੈ,
या फिर इस फीस नू लैके पंजाब दे लोग की सोचते हैं, लोग मौजूद ने जानते हैं कि फीस कितनी होनी चाहिए है, तो जो फीस लगाई हुई है उसनू लैके इन्हां दा की विचार है। सत श्री अकाल जी। सत श्री अकाल जी। की नाम है तुहाडा? जगीर सिंह जी। अच्छा जगीर जी, करतारपुर साहब के लांघे नू लैके पाकिस्तान सरकार दे वल्लों फीस लगाई गई है, $20 फीस है, तुहाडे मुताबिक कितनी होनी चाहिए है? ठीक है फीस? फीस तो जी चाहिए होनी, वैसे जमा ही नहीं चाहिए, जायज़ कोई हो माड़ी मोटी गल फिर तो ठीक है जी, क्योंकि ज़्यादा फीस दे के हर एक बंदा दर्शन कर नहीं सकता गुरुद्वारा साहब के, भी बाकी सरकार नू चाहिए जी ये भी फीस बिल्कुल चाहिए नहीं। अच्छा जेकर लागू भी की जाए या कटाई भी जाए तो कितनी होनी चाहिए थोड़े मुताबिक? 100-200 रुपया हो जी फीस, फिर तो बंदा दे भी सकता है, वादा दे नहीं सकता जी, क्यों गरीब ने भी जाना अमीर ने भी जाना, अमीर तो दे दूगा गरीब तो दे भी नहीं सकता, क्यों दर्शन करने का हर एक बंदे मतलब होंगे भी दर्शन करिए करतार साहब करतार। तुहाडी इच्छा है कि जाने की? असं भी जाए आऊँगे जी, जे बुलाउणगे तो कि नहीं जी, बाकी फीस बिल्कुल चाहिए नहीं वैसे तो। बहुत बहुत धन्यवाद। सत श्री अकाल जी। सत श्री अकाल। की नाम है तुहाडा? दर्शन सिंह। अच्छा दर्शन जी, जिवें फीस की गल की जा रही है, तुहाडे मुताबिक फीस होनी चाहिए है दर्शन ददारियां दे लई? मामला धार्मिक है, मेरा ख्याल तो जिथे तक धर्म मसला ना, इतने शरदा मुताबिक ही चाहिए है, क्यों यह भी कुछ हैंगे श्रद्धालु जो भी बहुत दे सकते हैं, कुछ नहीं दे सकते, खास करके अपने पता ही थोड़ा सिख कौम बथेरे तगड़े श्रद्धालु ने, बथेरा कुछ कर देना उन्होंने, बाकी जिवें सुख सहूलतों की गल करते हैं, वैसे कानून नहीं तो हलारा तो मिलू कोई जाने, इन्होंने लोगों ने जाना उत्तर कुछ खर्चणगे कुछ खरीदणगे, ये तो कुदरती है भी उत्तर उन्होंने तो बदन ही बदा उनकी इकोनमी तो मिलूगा ही मिलूगा सर, भी ना ठोस तो वधिया भी शरदा मुताबक कर देन, बाकी तो आप ही लोगों ने उन्होंने जिम्मे शरदा की, मेरा ख्याल तो भी पाकिस्तान आ हटा के फीस कह लो भी शरदा ती रख देना चाहिए। अच्छा जेकर पाकिस्तान सरकार फीस नहीं घट करती तो लगता है कि फिर फीस नू लैके सरकार नू किसी तरीके दे नाल श्रद्धालु संगतां दी जिहड़ी है वो मदद करनी चाहिए है? हाँ जी जरूर करनी चाहिए, एस जी पी सी है जिवें साडी सूबा सरकार है, सेंटर तो मैनूं आस लगदी नहीं है भी वह करनगे जिहो जिहा माहौल है, भी इन्हां नू करनी चाहिए एस जी पी सी नू जां फिर अपनी पंजाब सरकार नू, होर भी जिवें होर सुख सहूलतां दिंदे ने धर्म दे नां उत्ते यात्रा कराउंदे ने वोटां लैण वास्ते, होर बहुत कुछ सहूलतां दिंदे ने भी इत्थे दे देण नाले सब वास्ते, इह ये ना पार्टी वाली गल है वो जिमें फलानी जगह ले जा रहे हैं, खर्चे पैसे पता ही थोड़ा साढ़े तो बद पता है भी इधर खर्च देन। बहुत बहुत धन्यवाद गलबात करने के लिए। सत श्री अकाल जी। अवतार। अच्छा अवतार जी, जिमें फीस की गल है हूँ उठी है, हालांकि सारिया तैयारियां मुकम्मल होने के किनारे के उत्ते ने, तो तुहानू की लग रहा है कि फीस वाला रेड का क्यों पाया जा रहा है? फीस वाला रेट का तो इन्होंने चलो जेकर खर्चा खुर्चा करके अगे बधाया है ना काम, असं ये कहना भी धार्मिक भावना की कदर करते हुए ये फीस या कोई टिकट वगैरह का कोई होना नहीं चाहिए, अगर इन्हों का हैगा तो दोए देश मिल बैठ के अपना कोई हल कढ़न, श्रद्धालु की जेब चो बिल्कुल नहीं होना चाहिए, अगर धार्मिक कदर करते हैं कदर कीमत की, अगर श्रद्धालुओं की कदर कर किसी भी धर्म नहीं होनी चाहिए फीस। अच्छा जिमें गल की जा रही है, हालांकि पाकिस्तान का यह भी दावा है कि सुविधावान भी दिखाई जाएगियाँ, तो थोड़ा की लगता है कि जेकर पाकिस्तान सरकार घट नहीं करती तो फिर श्रोमणी कमेटी पंजाब सरकार या फिर भारत सरकार नू किस तरह के कदम चुकने की लड़ है? वो इन्हों मिल बैठ के मसला हल कढ़ना चाहिए, अगर वैसे तो पाकिस्तान का सरकार भी चाहिए है, क्योंकि गुरुद्वारा साहब उस तो बाद जी आमदन होनी है श्रद्धालुओं ने उत्थे जाना सारी पाकिस्तान को रहना उ उस पैसे देते सुविधा दे सकते हो, शरदा मुताबिक तो लोगों ने जाना ही जाना उ अपना चढ़ा चढ़ा बद जाना ही। अच्छा तुहाडे मुताबिक जेकर फीस होनी भी चाहिए है कि नहीं होनी चाहिए? बिल्कुल नहीं होनी चाहिए। अच्छा बिल्कुल बाइकआउट कर दे, विरोध कर दे? बिल्कुल। बहुत बहुत धन्यवाद गलबात करने के लिए। सत श्री अकाल जी। सत श्री अकाल जी। की नाम है तुहाडा? नरेंद्र सिंह। अच्छा नरेंद्र, सब तो पहला तो सवाल यह है कि तुहाडी भी इच्छा हैगी है करतारपुर साहब के दर्शनों के लिए? हाँ जी। अच्छा हुण तुहानू पता है कि फीस है जिहड़ी $20 फीस वो लगा दिती गई है, किन्ना क तुहानू लगता है कि संगत की जेब के उत्ते बोझ पवेगा, क्योंकि पहला फीस है फिर आने जाने के खर्चे ने होर भी कई तरह के खर्चे होणगे, काफ़ी वड्डा बजट बन जाता है, फिर फीस का जिहड़ा मुद्दा है वो किस तरह हल करन दी लोड़ हैगी? बिल्कुल फीस नहीं चाहिए, फीस फ्री चाहिए है जी, हर एक बंदे नूं दर्शन करन दा मौका मिलना चाहिए है, कोई गरीब बंदा है उसके दर्शन होने चाहिए ने, कि अमीर बंदा अपनी जेब चो पैसे खर्च कर दे सकता है लेकिन गरीब बंदा अपनी जेब तो पैसे नहीं दे सकता है, इस करके श्रोमणी कमेटी हल बनता है, श्रोमणी कमेटी अपने को अद्धा पैसा दे, पंजाब सरकार दे, सेंटर वालों कोई सानू आस नहीं हैगी, तो भारत सरकार
ते पाकिस्तान दोनों मिल बैठ के लांघे बारे जो खुले उस बारे कर श्री गुरु नानक देव जी जो 500 साल जन्म दिहाड़ा आ रहा वह सारी संगत को खुले दर्शन दीदार होने चाहिए ने। अच्छा खुले दर्शन दीदार हैं तुसी तुहाडी मंग हैगी है तो जिवें गल की जाए हालांकि 5000 श्रद्धालुओं की गल की है पाकिस्तान के वालों श्रद्धालुओं की गिणती भी किन्नी हो तुसी मंग करदे वे इन्नी गिणती होनी चाहिए है। हरेक बंदा चाहुंदा जी सानूं दर्शन होण जी गिणती वध तो वध करनी चाहिए लेकिन जो फीस रखी हरेक बंदा नहीं जा सकता है फीस इन्होंने ज़्यादा रखी है वैसे तो चाहिए नहीं फीस जो चाहिए 100-200 फीस रख के लो क्यों उन्होंने भी इनकम होनी है जाकर जो बंद जाना उस खरीदारी करनी है गुरुद्वारा साहब मत्था टेकना जो भी उस श्रद्धा मत्था टेकया जाओ गुरुद्वारा साहब वो सारा पाकिस्तान सरकार को पैसा रहेगा जी। जी बहुत बहुत धन्यवाद सत श्रीकाल जी। सत नाम है सुरेंद्र सिंह। अच्छा सुरेंद्र जी फीस का मुद्दा चुकया जा रहा तो लगता है कि पाकिस्तान सरकार के वालों जो फीस लगाई है वो जायज़ है? बिल्कुल गलत है जी बिल्कुल नहीं लगनी चाहिए। अच्छा हाँ जी फीस का कोई मतलब नहीं है हरेक बंदा जा सकता जो ना हो जो फीस लग गई फिर गरीब ने कितने जाना जी। अच्छा किन्नी फीस होनी चाहिए तुहाडे मुताबिक? पहला नंबर दा जी होनी होनी चाहिए बिल्कुल तो जेकर होवे फिर होवे 150 रुपया बाते बाते दी बात कोई मतलब नहीं है। अच्छा तुहाडे मुताबिक इन्नी फीस होनी चाहिए है जे होनी भी चाहिए है भी हर कोई श्रद्धालु मत्था टेक सके हरेक दा हक बनता जी इन्नी फीस पर हरेक जा सकता और $20 लगा कि जाना जी। अच्छा जे $20 ही रहती है तुम जाओगे साढ़े पास किसा जाना जी सीधी गल है मोटे बंदे जाऊंगे साढ़े पास की गल नहीं हैगी फिर आ गरीब बंदा कोई भी नहीं जा सकता साढ़े पर क्या गल है। अच्छा आने जाने की सुविधा दे भी कोई मंग कर दो कि इस तरह सुविधावान जब बसा वगैरह चलावे सरकार वही बड़ी चंगी गल तो सरों कमेटी नहीं चाहिए चलाना सिखा वास्ते जाने वास्ते वधिया गल है जो चला मैं पर चला कि तुहाडी की मंग हैगी है समुचे करतारपुर साहब के लांघे के दर्शन दीदारियों के लिए चाहे श्रोमणी कमेटी हो चाहे पंजाब सरकार भारत सरकार पाकिस्तान सरकार तक भी इन्हों आपस में उठ के बैठ के गल करनी चाहिए है जेडे इन्ना खर्चा रखा नहीं चाहिए बिल्कुल नजायज़ा। बहुत बहुत धन्यवाद साढ़े गलबात करने के लिए। सो इन्ह के नाल गलबात की इन्हों का कहना है कि हर पद्धर के उत्ते फीस का विरोध करते हैं तो नाल दी नाल इन्हां दी ये भी मंग है कि जेकर फीस रखी भी जाए तो इन्नी रखी जाए कि हर कोई श्रद्धालु करतारपुर साहब के दर्शन दीदारे कर सके बिना किसी जेब के खर्चे तो क्योंकि कुछ श्रद्धालु इन्हां दा कहना है कि बहुत अमीर भी हुंदे ने कुछ दी हालत इन्नी चंगी नहीं हुंदी कि वह इन्नी फीस दे के दर्शन दीदारे कर सकन। सो कुछ होर लोगों के नाल भी गलबात करांगे पर इत्थे रुकदे हां एक छोटे जे ब्रेक दे लई। पाकिस्तान के वलों $20 फीस यानी कि एंट्री फीस करतारपुर साहब के लांघे बाबत रखी हुई है तो इस फीस नूं लै के वख-वख तरह के विचार वख-वख तरह के स्पष्टीकरण भी देखने आ रहे हैं लोगों के विच इस नूं लै के रोस भी है कुछ कह रहे हैं कि होनी चाहिए है तो कुछ लोग मौजूद ने जानते हैं कि जो लांघे बाबत फीस रखी हुई है होनी चाहिए है जां घट होनी चाहिए जां की कुछ होना चाहिए। सत श्रीकाल जी। सत श्रीकाल जी। की नाम है तुहाडा? सुरजीत सिंह। अच्छा सुरजीत जी जिवें करतारपुर साहब के लांघे नूं लै के एंट्री फीस रखी हुई है तुहानूं की लगता कि $20 फीस ठीक है होनी चाहिए है या फिर इस तो घट होनी चाहिए है? नहीं ये बहुत ज़्यादा जी गरीब बंदा दे थोड़ी सकता ये सरकारां नूं चाहिए अपने सिर जिम्मेवारी लैन चाहे घट्टो घट भी 150 रुपया चाहिए फीस तो गरीब बंदा कितों दे सकता फीस। अच्छा की मंग करते हो क्योंकि ये फीस हैगी है जी पाकिस्तान का कहना कि जो सुविधावान ने इस दित्तियां जाणगियां इस फीस के नाल प्रबंध भी किए जाएंगे उत्थे दर्शनां दी फीस नहीं लै रहा पाकिस्तान सिर्फ तो सिर्फ जिहड़ी एंट्री फीस है जां फिर पाकिस्तान दे विच दाखल होण दी फीस है तुहानूं की लगता है कि जेकर फीस घट होनी चाहीदी है तां फिर किन्नी क होनी चाहीदी है जां फिर इस फीस नूं लै के होर किस तरह भारत सरकार नूं निजिठना चाहीदा? ये सर ये फीस वैसे बनती भी नहीं हक भी नहीं बनता क्योंकि गरीब बंदा कितों मत्था टेकन जा सकता फिर क्योंकि फ्री चाहीदा है लांघा ते। अच्छा बिना फीस तो चाहिए है। हाँ जी बिना फीस तो। बहुत बहुत धन्यवाद सत श्रीकाल जी। सत श्रीकाल। की नाम है रजिंदर सिंह जी। अच्छा रजिंदर जिमें करतारपुर साहब के लांघे को लैके सवाल उठ रहे हैं क्योंकि हुण एक बार फिर दोवां मुल्कां दे विचाले फीस का रेड़का बन चुके है डॉलर वाला रेड़का जिहड़ा पाया होया है तुहानूं की लगता कि $20 फीस किन्नी क ठीक है? नहीं बहुत ज़्यादा जी ये तो फीस गरीब बंदा तो नहीं अपना दे सकता जानी चलो 150 रुपया होंगी गल मन सकते हैं अपना इन्नी क तो चलो जायज हैगी पर जो दिहाड़ीदार बंदा जो जाना चाहता कोई भी हैगा है ना $20 नहीं दे सकता जी इन्नी फीस नहीं दे सकता ये तो सरकार अपने आप चाहिए जी जी भारत की सरकार है ये उपराला करे ये बारे तो ठीक है वो अपना वे करे जी पाकिस्तान सरकार जो भी है। अच्छा कि किमें उपराला किमें मंग कर रहे हो कि किस तरह का हल होना चाहिए?
ਇਹਨਾਂ ਦਾ ਜੋ ਵੀ ਹੈ ਜੀ ਸਰਕਾਰਾਂ ਆਪਸ 'ਚ ਪੈਸਾ ਕਰਕੇ ਜੋ ਵੀ ਹੈ ਨਾ ਇਹ ਕਰਨਾ ਚਾਹੀਦਾ ਇਹਨਾਂ ਦਾ। ਅੱਛਾ, ਆਪਸ ਦੇ ਵਿੱਚ ਗੱਲ ਕਰਕੇ ਦੋਵੇਂ ਸਰਕਾਰਾਂ ਦੇ ਵੱਲੋਂ ਤੁਸੀਂ ਕਹਿ ਰਹੇ ਹੋ ਕਿ ਇਹ ਫੀਸ ਦਾ ਜਿਹੜਾ ਮੁੱਦਾ ਹੈ ਉਸ ਨੂੰ ਨਜਿੱਠਣਾ ਚਾਹੀਦਾ। ਹਾਲਾਂਕਿ ਸਵਾਲ ਇਹ ਵੀ ਚੁੱਕੇ ਜਾ ਰਹੇ ਨੇ, ਕੁਝ ਪਾਕਿਸਤਾਨ ਦੇ ਵੱਲੋਂ ਵੀ ਸਵਾਲ ਉੱਠ ਰਹੇ ਨੇ, ਕੁਝ ਭਾਰਤ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਫੀਸ ਜਿਹੜੀ ਹੈਗੀ ਹੈ ਉਹ ਵਾਜਬ ਹੈਗੀ, ਕਿਉਂਕਿ ਜਿਸ ਤਰ੍ਹਾਂ ਦੀਆਂ ਸਰਵਿਸ ਪਾਕਿਸਤਾਨ ਦੇ ਵੱਲੋਂ ਲਾਂਘੇ ਨੂੰ ਲੈ ਕੇ ਸ਼ਰਧਾਲੂਆਂ ਨੂੰ ਦਿੱਤੀਆਂ ਜਾਣੀਆਂ ਨੇ, ਇਸ ਫੀਸ ਦੇ ਰਾਹੀਂ ਜਿਹੜੀਆਂ ਸਹੂਲਤਾਂ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਜੇਕਰ ਫੀਸ ਘੱਟ ਕੀਤੀ ਜਾਂਦੀ ਹੈ ਜਾਂ ਫਿਰ ਫੀਸ ਨਹੀਂ ਦਿੱਤੀ ਜਾਂਦੀ ਤਾਂ ਫਿਰ ਸੁਵਿਧਾਵਾਂ ਨੇ ਜਿਹੜੀਆਂ ਉਹ ਪਾਕਿਸਤਾਨ ਉਸਦੇ ਵਿੱਚ ਕਟੌਤੀ ਕਰ ਦੇਵੇਗਾ? ਕਰੇਗਾ ਜੀ, ਫਿਰ ਜੇ ਉਹ ਕਹਿੰਦੇ ਹੈ ਨਾ, ਇਹ ਤਾਂ ਵੈਸੇ ਚਾਹੀਦਾ ਨਹੀਂ ਫੀਸ, ਤਾਂ ਚਲੋ ਬਹੁਤ ਜਾਇਜ਼ ਨਜਾਇਜ਼ ਹੈਗੀ, ਇਹ ਘੱਟ ਫੀਸ ਚਾਹੀਦੀ ਹੈ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਨਿਸ਼ਾਨ ਸਿੰਘ। ਅੱਛਾ ਨਿਸ਼ਾਨ ਜੀ, ਜਿਵੇਂ ਫੀਸ ਦਾ ਮੁੱਦਾ ਉੱਠਿਆ ਹੋਇਆ, ਇਸ ਨੂੰ ਲੈ ਕੇ ਸਿੱਖ ਜਗਤ ਦੇ ਵਿੱਚ ਵੀ ਜਿਹੜੀਆਂ ਚਰਚਾਵਾਂ ਛਿੜੀਆਂ ਹੋਈਆਂ ਕਿ ਫੀਸ ਵਾਲਾ ਜਿਹੜਾ ਮੁੱਦਾ ਹੈ ਉਹ ਭਾਰਤ ਸਰਕਾਰ ਜਾਂ ਪਾਕਿਸਤਾਨ ਸਰਕਾਰ ਹੱਲ ਕਰੇ, ਤੁਹਾਨੂੰ ਕੀ ਲੱਗਦਾ ਕਿ ਇਹ ਫੀਸ ਜਾਂ ਜਿੰਨੀ ਪਾਕਿਸਤਾਨ ਸਰਕਾਰ ਦੇ ਵੱਲੋਂ ਜਿਹੜੀ ਹੈ ਲਾਗੂ ਕੀਤੀ ਗਈ ਹੈ ਉਸ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਇਹ ਫੀਸ ਨੂੰ ਘੱਟ ਕਰ ਲੈਣਾ ਚਾਹੀਦਾ ਜਾਂ ਫਿਰ ਫੀਸ ਦੀ ਜਿਹੜੀ ਹੱਦ ਹੈ ਉਸਨੂੰ ਬੇਹੱਦ ਆਮ ਲੋਕਾਂ ਤੱਕ ਕਰ ਦੇਣਾ ਚਾਹੀਦਾ ਵੀ ਹਰ ਕੋਈ ਉਸ ਫੀਸ ਨੂੰ ਦੇਖ ਕੇ ਲਾਂਘੇ ਬਾਬਤ ਦਰਸ਼ਨ ਕਰ ਸਕੇ? ਅਸੀਂ ਤਾਂ ਵੇਖੋ ਜੀ, ਇਹ ਗੁਜ਼ਾਰਿਸ਼ ਕਰਦੇ ਜੀ, ਇਹ ਫੀਸ ਅੱਬਲ ਦੀ ਚਾਹੀਦੀ ਨਹੀਂ। ਚਾਹੇ ਤਾਂ ਸਰਕਾਰਾਂ ਆਪਦੇ ਦੋਵੇਂ ਸੋਚਣ ਵੀ ਕਿਉਂ ਗਰੀਬ ਬੰਦਾ ਕਿੱਥੋਂ ਦੇਗਾ, ਚਾਹੇ ਫਿਰ ਇਹ ਲਾਗੂ ਕਰਨਾ ਤਾਂ ਕੋਈ 150 ਕਰਨ, ਗਰੀਬ ਜਿਹੜਾ ਸਾਰੇ ਮੱਥਾ ਟੇਕ ਸਕਦੇ। ਇਹ ਨਹੀਂਗਾ ਵੀ ਹੁਣ ਇੰਨੀ ਜਿਹੜੀ ਫੀਸ ਕੌਣ ਤਾਰੇਗਾ, ਚਲੋ ਅਮੀਰ ਤਾਰ ਲਏਗਾ ਅਤੇ ਗਰੀਬ ਕਿੱਥੋਂ ਤਾਰੇਗਾ। ਇਹ ਤਾਂ ਸਾਰਿਆਂ ਨੂੰ ਚਾਹੀਦਾ ਸਰਕਾਰ ਸੋਚੇ, ਚਾਹੇ ਸਰਕਾਰ ਫਿਰ ਕੋਲੋਂ ਦੇ ਕੇ ਗਰੀਬਾਂ ਨੂੰ ਲਗਾਵੇ। ਇਹ ਮਸਲਾ ਲਾਉਣਾ ਚਾਹੀਦਾ ਸਾਡੇ ਵੱਲੋਂ, ਤਾਂ ਅਸੀਂ ਤਾਂ ਆਣੇ ਵੀ ਸਾਰੇ ਜਾਣ ਤਾਂ ਸਾਰੇ ਮੱਥਾ ਟੇਕ ਲੈਣ, ਗਰੀਬ ਵੀ ਟੇਕਣ ਅਮੀਰ ਵੀ, ਪਰ ਇਹ ਇੰਨੀ ਨਹੀਂ ਫੀਸ ਨਹੀਂ ਚਾਹੀਦੀ। ਅੱਛਾ, ਕੀ ਕਾਰਨ ਮੰਨਦੇ ਹੋ, ਕਿਉਂਕਿ ਤੁਹਾਨੂੰ ਕੀ ਲੱਗਦਾ ਕਿ ਕਿਉਂ ਜਿਹੜੀ $20 ਫੀਸ ਸਰਕਾਰ ਨੂੰ ਲਗਾਉਣੀ ਪਈ ਹੈ ਪਾਕਿਸਤਾਨ ਦੀ ਸਰਕਾਰ ਨੂੰ? ਲਾਂਘੇ ਨੂੰ ਕਿਤੇ ਕਮਰਸ਼ੀਅਲ ਤੌਰ 'ਤੇ ਤਾਂ ਨਹੀਂ ਦੇਖ ਰਿਹਾ ਵੀ ਅਸੀਂ ਕਮਾਈ ਦਾ ਇੱਕ ਸਾਧਨ ਦੇ ਤੌਰ 'ਤੇ, ਤੁਹਾਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਪਾਕਿਸਤਾਨ ਕਮਾਈ ਦੇ ਸਾਧਨ ਦੇ ਤੌਰ 'ਤੇ ਲਾਂਘੇ ਨੂੰ ਦੇਖ ਰਿਹਾ? ਵੇਖੋ ਜੀ, ਹੁਣ ਤਾਂ ਆਪਾਂ ਨੂੰ ਇੰਨਾ ਤਾਂ ਨਹੀਂ ਹੁਣ ਆਪ ਕਹਿ ਸਕਦੇ, ਇਹ ਵੇਖੋ ਜੀ ਹੁਣ ਤਾਂ ਉਹਨਾਂ ਨੂੰ ਪਤਾ ਵੀ ਕਮਾਈ ਕਰ ਰਹੇ ਨੇ ਕਿ ਆਪਾਂ ਨੂੰ ਕੀ ਲੁੱਟ ਰਹੇ ਨੇ ਕਿ ਕੀ ਕਰ ਰਹੇ ਨੇ, ਇਹ ਤੁਹਾਨੂੰ ਸਰਕਾਰਾਂ ਨੂੰ ਪਤਾ, ਸਰਕਾਰਾਂ ਜਿਹੜੀਆਂ ਆਪਣੀਆਂ ਇੱਧਰੋਂ ਲੰਘਾ ਰਹੀਆਂ ਨੇ 'ਚ ਕੀ ਕਰ ਰਹੇ ਨੇ। ਇੰਨੀ ਫੀਸ ਚਾਹੀਦੀ ਨਹੀਂ, ਫੀਸ ਤੱਬਲ ਤਾਂ ਮਾਫ਼ ਚਾਹੀਦਾ, ਨਹੀਂ ਤਾਂ ਚਲੋ 150 ਗਰੀਬ ਦੇ ਲਏ, ਤਿੰਨੀ ਤਾਰ ਇਹਨਾਂ ਨੂੰ ਲਗਾਉਣਾ ਚਾਹੀਦਾ ਫ੍ਰੀ। ਅੱਛਾ, ਜਿਵੇਂ ਸਹੂਲਤਾਂ, ਤੁਹਾਨੂੰ ਲੱਗਦਾ ਕਿ ਪਾਕਿਸਤਾਨ ਸਰਕਾਰ ਇਹ ਵੀ ਗੱਲ ਕਰ ਰਹੀ ਹੈ ਕਿ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ, ਜਿਵੇਂ ਲੰਗਰ ਦੀ ਸੇਵਾ ਹੈਗੀ ਹੈ, ਸ਼ਰਧਾਲੂਆਂ ਦੇ ਆਉਣ ਜਾਣ ਸੰਬੰਧੀ ਵੀ ਸੇਵਾਵਾਂ ਦੇਣੀਆਂ ਨੇ, ਉਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਵੱਲੋਂ ਫ੍ਰੀ ਸੁਵਿਧਾਵਾਂ ਦਿੱਤੀਆਂ ਜਾਣੀਆਂ ਨੇ, ਫਿਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਫੀਸ ਦੇ ਜ਼ਰੀਏ ਉਹ ਸਾਰੀਆਂ ਸੁਵਿਧਾਵਾਂ ਦੇਣ ਦੀ ਗੱਲ ਕਰ ਰਿਹਾ ਪਾਕਿਸਤਾਨ? ਨਹੀਂ ਜੀ, ਦੇਣਗੇ ਇਹ ਤਾਂ ਐਵੇਂ ਛੋਛੇ ਡਾਉਂਦੇ ਜੀ, ਕੁਛ ਨਹੀਂ ਦੇਣਗੇ। ਇਹ ਤਾਂ ਆਪਾਂ ਨੂੰ ਉਹਨਾਂ ਨੇ ਲਿਜਾਣਾ, ਪੈਸਾ ਲੈਣਾ, ਪੈਸਾ ਲੈ ਕੇ ਜੋ ਮਰਜ਼ੀ ਕਰ ਸਕਦੇ ਆਪਾਂ, ਹੁਣ ਫੀਸ ਦੇ ਜੀ ਜੋ ਮਰਜ਼ੀ ਕਰਨ, ਭਾਵੇਂ ਲੰਗਰ ਚਲਾਉਣ, ਭਾਵੇਂ ਕਾਹੇ ਚਲਾਉਣ, ਆਪਾਂ ਜੋ ਮਰਜ਼ੀ ਕਹੀ ਜੀ। ਇਹ ਤਾਂ ਉੱਥੇ ਹੁਣ ਪਤਾ ਲੱਗੂ ਜੀ ਜਦੋਂ ਕੀ ਕਰਦੇ ਕੀ ਨਹੀਂ ਕਰਦੇ, ਹੁਣ ਆਪਾਂ ਨੂੰ ਕਹਿ ਰਹਿਣਾ ਜੀ, ਇਹ ਤਾਂ ਹੁਣ ਸਰਕਾਰਾਂ ਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ, ਅਤੇ ਆਪਾਂ ਨੂੰ ਜੋ ਹੁਣ ਪਤਾ ਵੀ ਆਪਾਂ ਜਿਹੜਾ ਗਰੀਬ ਬੰਦਾ ਜਾ ਹੀ ਨਾ ਸਕਾਂਗੇ ਤਾਂ ਆਪਾਂ ਵੇਖਾਂਗੇ ਕਿ ਜੋ ਪੈਸੇ ਨਾ ਹੋ, ਇਹ ਤਾਂ ਅਮੀਰ ਜਾਏਗਾ ਤਾਂ ਫਿਰ ਦੇਖਣਗੇ। ਤੁਹਾਡੀ ਇੱਛਾ ਹੈਗੀ ਜਾਣ ਦੀ? ਨਹੀਂ ਜੀ, ਅਸੀਂ ਕਿੱਥੋਂ ਜਾ ਸਕਦੇ, ਤੁਹਾਨੂੰ ਪਤਾ ਹੀ ਹੈ ਇੰਨਾ ਪੈਸਾ, ਕਿਉਂ ਆਪ ਇੱਥੇ ਤੁਹਾਡੇ ਕੋਲ ਸਕਿਉਰਟੀ ਦੀ ਡਿਊਟੀ ਕਰ ਰਹੇ ਹਾਂ, ਜੇ ਪੈਸੇ ਪਿੱਛੇ 8,000 ਰੁਪਇਆ ਲੈਣੇ ਆ ਕਿ ਉੱਧਰ ਦਿਆਂਗੇ ਇੱਧਰ ਬੱਚੇ ਪਾਲਾਂਗੇ। ਅੱਛਾ, ਕਿਤੇ ਨਾ ਕਿਤੇ ਜਿਹੜੀ ਫੀਸ ਹੈਗੀ ਹੈ ਜਾਂ ਫਿਰ ਆਉਣ ਜਾਣ ਦੇ ਜਿਹੜੇ ਖਰਚੇ ਨੇ ਉਹ ਆਮ ਲੋਕਾਂ ਦੀ ਜੇਬ ਤੋਂ ਬਾਹਰ ਹੈ, ਇਸ ਕਰਕੇ ਤੁਸੀਂ ਸੋਚ ਨਹੀਂ ਰਹੇ ਜਾਣ ਦੇ ਦਰਸ਼ਨਾਂ ਦੇ ਲਈ? ਹਾਂਜੀ, ਇੱਛਾ ਹੈਗੀ ਆ, ਪਰ ਇੱਛਾ ਹੈਗੀ ਜੀ, ਫਿਰ ਹੁਣ ਖਰਚੇ ਕਰਕੇ ਹੁਣ ਬੱਚਿਆਂ ਕਰਕੇ ਨਹੀਂ ਜਾ ਸਕਦੇ, ਜਾਂ ਤਾਂ ਚਲੋ ਕੋਈ ਹੋਵੇ ਅੱਗੋਂ ਪਤਾ ਹੋਵੇ ਵੀ ਜਾਣਾ ਫਿਰ ਜਾ ਸਕਦੇ, ਵੀ ਚਲੋ ਖਰਚਾ ਖੁਰਚਾ ਘੱਟ ਹੈ, ਹੁਣ ਇੰਨੇ ਪੈਸੇ ਨਹੀਂ ਦੇ ਕੇ ਜਾ ਸਕਦੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆਗਿਆ, ਧੰਨਵਾਦ।